ਸਾਰੀ ਗੁੱਡੀ ਨਾ ਆਪਣੀ ਲੋਹੜੀ ਤੇ ਮਾਘੀ ਤੋਂ ਬਾਅਦ ਹੀ ਬਚ ਚੁੱਕੀ ਆ। ਗੁੱਡੇ ਨੀ ਮਾਮਾ ਗੁੱਡੇ ਲਾ ਲਾ ਲੋਹੜੀ ਤੇ ਮਾਘੀ ਤੋਂ ਇੱਕ ਦਿਨ ਬਾਅਦ ਕੀ ਵਾਰ ਹੈਗਾ ਅੱਜ ਦਾ? ਅੱਜ ਹੈਗਾ ਜੀ ਮਿੱਤਰੋ ਟਿਊਜ਼ਡੇ, ਮਤਲਬ ਕਿ ਸੰਡੇ ਸੀਗੀ ਮਾਘੀ ਤੇ ਮੰਡੇ ਕੀਤੀ ਆ ਰੈਸਟ, ਤੇ ਅੱਜ ਹੈਗਾ ਟਿਊਜ਼ਡੇ, ਸ਼ਾਮ ਆ ਰਹੀ ਹੈ 5। ਤੇ ਅੱਜ ਦੇ ਵਲੋਗ ਵਿੱਚ ਆਪਾਂ ਜੇ ਤਾਂ ਹਵਾ ਚੱਲੀ ਇੱਕ ਅੱਧੀ ਕੁੜੀ ਡੋਨੇ ਉਹ ਚੱਲ ਨਹੀਂ ਵਾਹਣਾ, ਕੁਛ ਨਾ ਕੁਛ ਡੋਨੇ ਵੀ ਆ। ਅਤੇ ਡੋਨ ਤੋਂ ਪਹਿਲਾਂ ਤੁਹਾਨੂੰ ਨਾ ਆਪਣਾ ਲੋਹੜੀ ਦੇ ਜਿੰਨੀਆਂ ਗੁੱਡੇ ਸਾਰੀਆਂ ਬਚ ਗਈਆਂ ਨਾ ਦਿਖਾਉਣੇ ਇੱਕ ਵਾਰੀ, ਉਹਨਾਂ ਦੇ ਦਿਖਾਇਓ ਵੀ ਆਹ ਚੱਕ ਰੋਜ਼ ਉਹ ਹਜੇ ਤੁਹਾਨੂੰ ਕਾਫੀ ਘੱਟ ਲੱਗ ਰਹੀ ਨਾ, ਉਹ ਗੁਰਮਣ ਵਾਲੇ ਵੀ ਪਈ ਹਲੇ। ਆਹੋ ਆਹ ਨਹੀਂ ਤਾਂ ਦੋ ਛੇ ਤਾਵੇ ਤਿੰਨ ਹੀ ਤਿੰਨ ਛੇ ਤਾਵੇ ਵਜੇ ਇਹਦੇ ਉੱਡੇ ਨੀ। ਤੇ ਇੱਕ ਆ ਯਾਰ ਆਪਣੀ ਇਹਦੇ ਪਿਛਲੇ ਸਾਲ ਦੀ ਆ ਨਾ ਯਾਰ, ਇੱਥੇ ਬੜੇ ਕਮੈਂਟ ਆਉਂਦੇ ਸੀ ਕਿ ਵੀਰੇ ਤੁਸੀਂ ਸਾਂਭ ਕੇ ਕਿਉਂ ਰੱਖੀ ਆ? ਉਹ ਇਵੇਂ ਤਾਂ ਸਾਂਭ ਕੇ ਤਾਂ ਰੱਖੀ ਆ ਕਿਉਂਕਿ ਜਿੰਨੀ ਮਿਹਨਤ ਸਾਨੂੰ ਇੱਥੇ ਬਣਾਉਣ 'ਤੇ ਲੱਗੀ ਸੀ ਨਾ ਉਨੀ ਕਿਸੇ ਗੁੱਡੇ 'ਤੇ ਲੱਗੀ। ਚਲੋ ਪੂੰਝ ਲੱਥ ਜਾਣਾ ਤਾਂ ਅਜੇ ਦਾ ਕਿ ਮੰਨਾਂਗੇ ਨਹੀਂ, ਮਿੱਤਰ ਜਦੋਂ ਇਹ ਗੁੱਡੀ ਆਪਾਂ ਬਣਵਾਈ ਸੀ ਨਾ ਉਦੋਂ ਮਤਲਬ ਕਿ ਇਸ ਚੀਜ਼ ਦਾ ਟਰੈਂਡ ਨਹੀਂ ਚੱਲਿਆ ਸੀ। ਹੁਣ ਤਾਂ ਗੁੱਡੀਆਂ ਦੇਖ ਰਹੇ ਨੇ ਕਿ ਸਾਰੀਆਂ ਗੁੱਡੀਆਂ 'ਤੇ ਸਿੱਧੂ ਮੂਸੇ ਵਾਲੇ ਦਾ ਪ੍ਰਿੰਟ ਆ ਰਿਹਾ ਵਾ, ਬਟ ਜਦੋਂ ਆਪਾਂ ਬਣਾਏ ਨਾ ਉਸ ਟਾਈਮ 'ਤੇ ਚੀਜ਼ ਕਿਤੇ ਵੀ ਨਹੀਂ ਯਾਰ, ਵੱਡੇ ਗੁੱਡੇ ਸੀਗੇ ਨਹੀਂ। ਮਤਲਬ ਇਹ ਫਲੈਕਸ ਆ ਅਲੱਗ ਗਿਆ ਜੀ, ਇਹ ਬੜੀ ਮੋਟੀ ਮਤਲਬ ਫਲੈਕਸ ਹੈਗੀ ਆ। ਇਹ ਫਲੈਕਸ ਹੀ ਸਾਨੂੰ ਬਾਹਰੋਂ 300-400 ਦੀ ਫਲੈਕਸ ਹੀ ਪਈ ਸੀ ਆਹ ਇਕੱਲੀ ਨਹੀਂ, ਅਤੇ ਗੁੱਡਾ ਵੱਖਰਾ ਬਣਵਾਇਆ ਸੀ ਅਤੇ ਆਹ ਭਾਈ ਨੇ ਉੱਥੇ ਜਾ ਕੇ ਸੀ, ਮਤਲਬ ਗੁੱਡਾ ਕਾਫੀ ਮਹਿੰਗਾ ਪੈ ਗਿਆ ਸੀ ਅਤੇ ਬੜਾ ਹੀ ਟਾਈਮ ਲੱਗਾ ਇਹਨੂੰ। ਸੋ ਤਾਂ ਕਿ ਡੋਨ ਦਿਲ ਨਹੀਂ ਕੀਤਾ, ਬਟ ਜੇ ਤੁਸੀਂ ਕਹੋਗੇ ਤਾਂ ਸੈਪਰੇਟ ਤੋਂ ਕੱਢ ਦਾਂਗੇ ਡੋਨ ਦਾ, ਇਹ ਕਾਫੀ ਸਹੀ ਹੈ ਜੇ ਪਿਆ ਵਾ ਅਤੇ ਆਹ ਕੁਛ ਯੂਨੀਕ ਆਹ ਟੁੱਟ ਗਈ ਸੀ ਅਤੇ ਆਹ ਡਬਲ ਚੀਲਿਆਂ ਵਾਲੀ ਅਤੇ ਆਹ ਆਪਣਾ ਬੰਦਾ ਬੰਦੇ ਦਾ ਪਤਾ ਨਹੀਂ ਇੱਕ ਕੰਡਨ ਹੋ ਗਿਆ ਬੰਦਾ। ਫਿਰ ਇੱਧਰ ਆਪਣੀਆਂ ਦੋ ਪਤੰਗਾਂ ਵੱਜੀਆਂ ਯਾਰ, ਇੱਕ ਆ ਖੇਤ ਆ ਵਾ ਅਤੇ ਇੱਕ ਆ ਉਸ ਤੋਂ ਨਿੱਕੀ ਚਾਰ ਵੀ ਪੰਜ ਵਾਲੀ ਪਾੜ ਗਈ, ਇਹਨੇ ਜੋੜੀ ਹੈ ਅਸੀਂ ਮਿੱਤਰੋਂ ਦੇ ਟੇਪ ਲਾਈਏ ਅਤੇ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅਜੇ ਛੋਟੀ ਗੁੱਡੀ ਪਈ ਹੈ ਤੁਹਾਨੂੰ ਸਾਰੀ ਦਿਖਾਉਂਦੇ ਹਾਂ, ਮਿੰਟ ਮਿੰਟ ਦਿਖਾ ਦਈਏ ਹਵਾ ਨਾ ਹੋਜੇ ਕਿ ਜੇ ਇੱਕ ਦੋ ਮਿੰਟ ਲੱਗੇ। ਵੱਡਾ ਡੋਨੇ ਵੀ ਮਿਲਣਾ ਪਤੰਗ ਹੀ ਨਾ ਡਾ ਰਹੀ ਹੈ ਆਹ ਕਲਾਵਾਂ ਪਈਆਂ ਇਹਨੂੰ ਇਰਾਦਾ ਬਣਿਆ ਨੂੰ ਅੱਜ ਦਵਾ ਦਿੰਦੇ ਯਾਰ, ਛੋਟੀ ਗੁੱਡੀ ਚੱਕ ਰੋਨੇ ਹਾਂ ਇੱਕ ਲੋਕਾਂ ਪਾ ਜੇ ਪੌਣੀ ਜੀ ਗੁੱਡੀ ਪਈ ਆ ਨਹੀਂ ਡੇਢ ਤਾਂ ਚਾਰ ਘੰਟੇ ਬਚੇ ਪਏ ਯਾਰ, ਚਾਰ ਨਹੀਂ ਪੌਣੀ ਆ ਚੈੱਕ ਕਰੇ ਵਾ ਭੰਡਾਰਾ ਕਿਵੇਂ ਨਿਕਲਦਾ ਤਿੰਨ ਤਾਵੇ ਦੇ ਪ੍ਰਿੰਟ ਵਜੇ ਮਛਲੀਆਂ ਢਾਈਆਂ ਤਾਂ
ਵੀ ਬਗੇ ਆ ਚੱਕਰ ਕਿੰਨਾ ਅੱਛਾ ਛੋਟੇ ਗੁੱਡੀ ਸਾਰੀ ਤਲਾਂ ਜਿਹੜੀ ਗੁੱਡੀ ਤਲਾਂ ਨਹੀਂ ਨਾ ਪਾਈ ਉਹ ਗੁੱਡੀ ਨੋਟ ਪਾਈ ਯਾਰ ਆਹ ਚੱਕ ਰਹੇ ਮਿੱਤਰੋ ਸਾਰੀ ਗੁੱਡੀ ਨਾ ਆਪਣੀ ਲੋਹੜੀ ਅਤੇ ਮਾਘੀ ਤੋਂ ਬਾਅਦ ਹੀ ਬਚ ਚੁੱਕੀ ਆ ਆ ਗਈ ਨਾ ਆਹ ਚੱਕ ਰਹਾ ਦਰਜਨਾਂ ਸਿੱਧੀਆਂ ਸਿੱਧੀਆਂ ਇਹਦੇ ਵਿੱਚ ਖੋਲ੍ਹੀਆਂ ਨਹੀਂ ਆਪਾਂ ਆਹ ਚੱਕ ਆਹ ਯਾਰ ਗੁੱਡੀਆਂ ਬੜੀਆਂ ਲਿਆਂਦੀਆਂ ਚਿੱਟੀਆਂ ਪਲੇਨ ਆਹ ਲੱਭੀਆਂ ਨਹੀਂ ਆਪਾਂ ਨਾ ਵੀ ਡਾਉਣ ਵਕਤ ਤਲਾਵਾਂ ਨਹੀਂ ਪਾਈਆਂ ਗੱਲ ਕਾਹਦੀ ਤਿੰਨ ਛੇ ਤਾਂ ਵੇ ਹੈਂ ਇੱਥੇ ਵੇ ਥੱਲੇ ਲਫਾਫੇ ਅਤੇ ਹਜੇ ਅੱਧੀ ਗੁੱਡੀ ਗੁਰਮਣ ਵਾਲੇ ਪਈ ਆ ਅਤੇ ਹੁਣ ਆਪਾਂ ਨਾ ਇਹਨੂੰ ਇਕੱਠਾ ਕਰਨ ਟਾਈਮ ਨਹੀਂ ਹੈਗਾ ਹਵਾ ਚੱਲ ਜਾਣੀ ਪਤੰਗ ਪਾਉਂਦੇ ਹਾਂ ਤਲਾਂ 'ਤੇ ਪਤੰਗ ਉਡਾਉਂਦੇ ਹਾਂ ਪਹਿਲਾਂ ਫੋਨ ਫੜੀ ਲੈ ਮੇਰਾ ਚੱਕ ਰੇ ਮੁੱਤਰੇ ਕਰੀ ਉੱਤੋਂ ਵੀ ਆ ਬਹੁਤ ਜ਼ਿਆਦਾ ਗੁੱਡੀ ਪਾਈ ਉਹ ਗੁੱਡਾ ਬਹੁਤ ਗਿਆ ਜੀ ਉਹ ਡੋਰ ਆਪਣੇ ਇੱਥੇ ਭੈਣ ਡੀ ਹੁੰਦਾ ਫੜਾਂ ਲੈ ਕੋਣਾ ਰੋਜ਼ਾ ਤੁਸੀਂ ਇੱਕ ਜੀ ਸੋਚ ਰਹੇ ਇੰਨੀਆਂ ਗੁੱਡੇ ਥੱਲੇ ਹੁੰਦੇ ਬਾਵਜੂਦ ਵੀ ਉੱਤੋਂ ਲੁੱਟਣ ਜਾ ਰਹੇ ਹਾਂ ਆ ਜੀ ਉੱਚੋ ਬੈ ਇੱਥੇ ਪੁੱਤ ਤੂੰ ਤੂੰ ਵੀ ਨਾ ਰਲ ਜਾ ਇਹ ਗੁੱਡੇ ਇੱਥੇ ਬਹੁਤ ਕਿਆ ਸੀ ਮਗਰ ਗੁੱਡੀਆਂ ਬਹੁਤ ਜ਼ਿਆਦੀਆਂ ਵਧੀਆਂ ਜੀ ਸੱਚੀ ਕਹਾਂ ਨਾ ਘਰੋਂ ਗਾਲਾਂ ਪੈ ਰਹੀਆਂ ਇੰਨੀ ਗੁੱਡੀਆਂ ਨੂੰ ਕੀ ਕਰਨਾ ਜੇ ਵਛਾਈ ਤਾਂ ਸ਼ਾਇਦ ਥੋੜ੍ਹੀ ਲੱਗ ਰਹੀ ਆ ਬਟ ਬਹੁਤ ਜ਼ਿਆਦੀ ਆ ਹੁਣ ਪਤੰਗ ਉਡਾਉਂਦੇ ਯਾਰ ਪਹਿਲਾਂ ਆਪਣੀ ਗੁੱਡੀ ਅੱਜ ਵੀ ਬੜੀ ਉੱਡ ਰਹੀ ਦੁਕਾਨਾਂ ਉੱਦਾਂ ਹੀ ਇੱਦਾਂ ਗੁੱਡੀ ਨੂੰ ਨੋਰਮਲ ਹੁਣ ਚੱਕਰ ਉੱਧਰ ਸਾਈਡ 'ਤੇ ਯਾਰ ਦੇਖਦੇ ਉੱਡਦੀ ਹੈ ਕਿ ਨਹੀਂ ਬੈਟ ਵੀ ਸੀ ਭਾਰੀ ਆ ਬਹੁਤ ਜ਼ਿਆਦਾ ਤਾਂ ਉਹਨੂੰ ਨਹੀਂ ਆਈ ਹਵਾ ਤਾਂ ਹੈਗੀ ਆ ਤਾਂ ਮੈਂ ਤਾਂ ਉਹਨੂੰ ਨਹੀਂ ਆਈ ਹਵਾ ਤਾਂ ਹੈਗੀ ਬੜੀ ਜ਼ਿਆਦਾ ਭਾਰੀ ਹੋ ਗਈ ਇਹ ਤਾਂ ਇਹਦੇ ਤਾਂ ਦੋ ਦਿਨ ਚੀਰੇ ਠੀਕ ਕੀਤੇ ਅੱਜ ਫਿਰ ਪਵਾ ਦੇਣ ਲੱਗਦਾ ਬੜੀ ਯਾਰ ਭਾਰੀ ਸਾਰੇ ਪੇਪਰ ਵੀ ਉੱਦਾਂ ਦਾ ਨਾ ਉਹਦੀ ਸਖਤ ਅਟੈਕ ਆ ਮੈਨੂੰ ਤਾਂ ਹਜੇ ਸਾਡਾ ਥੱਲੇ 12 ਤਾਂ ਵੀ ਬਚਿਆ ਜੀ ਨਾਲ ਹੀ ਉੱਡਣਾ ਹੋਵੇ ਚੱਲ ਜੂਗੀ ਉੱਡ ਜੂਗੀ ਹੁਣ ਤੇ ਨਜ਼ਰ ਹੀ ਲੱਗ ਗਈ ਪੰਦਰਾਂ ਵੀਹ ਮਿੰਟ ਲਾ ਕੇ ਤਲਾਵਾਂ ਪਾਈਆਂ ਹਾਲੇ ਤਾਂ ਥੰਬਨੇਲ ਵੀ ਨਹੀਂ ਨਿਕਲਿਆ ਹੋਣਾ ਇਹ ਸਲਾਹ ਵੀ ਗਈ ਵੀਰ ਜੀ ਉਦਣ ਚੱਕਰ ਹੋਰ ਨਹੀਂ ਕੋਈ ਸਾਰੀ ਤਾਂ ਉਦਣ ਗਿੱਲੀ ਹੋਈ ਪਈ ਤੇ ਰਹਿਣ ਦੇ ਸਾਂਭੀ ਰੱਖ ਇੱਦਾਂ ਹੀ ਫੋਟੋ ਫੋਟੋ ਕਰਾਉਣ ਨੂੰ ਉਹ ਲੈ ਆਇਆ ਥੱਲੋਂ ਉਹ ਜਿਹੜਾ ਇੱਕ ਪਿਆ ਉਹਦੇ ਤਲਾਵਾਂ ਪਈਆਂ ਉਹ ਵੱਡੇ ਲੈ ਆਇਆ ਜਿਹੜੇ ਉਹ ਜਿਹੜੇ ਆ ਹਰੇ ਜੀ ਜਾਂ ਉਹ ਹਰਾਇਆ ਜਿਹੜਾ
ਜਾਈਦਾ ਦਾ ਕਿਹੜਾ ਸੰਤਰੀ ਜਿਹਾ ਆਹ ਫੜ ਲਿਆ ਆਵੇ ਆਹ ਸੋਹਣਾ ਹੀ ਵੱਡੀਆਂ ਜੀ ਅੱਖਾਂ ਵਾਲਾ ਪਤੰਗ ਡਾਈ ਦੂਜੀ ਪੁਤਲਾਵਾਂ ਪਾਉਣ ਨੂੰ ਟਾਈਮ ਲੱਗ ਜਾਣਾ ਜਦੋਂ ਦੂਜੇ ਡਾ ਦੇਣੇ ਆ ਦੋ ਡਬਲ ਤਰ੍ਹਾਂ ਕੱਢ ਪਤੰਗ ਮੋਜੇ ਮਿੱਤਰ ਹੁਣ ਆਹ ਪਤੰਗ ਲੈਂਦੀ ਆ ਹੁਣ ਇਹਨੂੰ ਪਾਈਏ ਤਲਾ ਡੋਣੀ ਪਤੰਗਾਂ ਹੀ ਆ ਜੇ ਵੀ ਪੜ ਗਈ ਤੇ ਇਹ ਕੁਛ ਨਹੀਂ ਕਰ ਸਕਦੇ ਪਤੰਗ ਬੰਦ ਮਾਮਾ ਗੁੱਡਾ ਕਿੱਥੇ ਪਤੰਗ ਵੇਖ ਆਹੋ ਐਨੀ ਉੱਡਣੀ ਹੋਵੇ ਬੜੀ ਭਾਰੀ ਆ ਅੱਗੋਂ ਮਾਰ ਗਾਂਡੇ ਅੱਗੇ ਹੋਰ ਹਲਕੀ ਹੋਈ ਨਹੀਂ ਆ ਤੇ ਹਲਕੀ ਥੋੜ੍ਹਾ ਨਾ ਭਾਰੀ ਆ ਇਹਨੇ ਨਾਲ ਲੈ ਜਾਣੇ ਤੈਨੂੰ ਉਹਨੂੰ ਕਹਿ ਰੋਜਾ ਯਾਰ ਪੇਚਾ ਲਾ ਓਏ ਪੇਚਾ ਲਾਉਣਾ ਵਾ ਡਾਲੀਏ ਹਵਾ ਚੱਲ ਜਾਣੀ ਫਿਰ ਓਦਾਂ ਭਰਾ ਗੁੱਡੇ ਲੈ ਜੀ ਤਿੰਨ ਤਾਵੇ ਲੈਣੇ ਆ ਮਾਮਾ ਦਾ ਮੱਥਾ ਵੇ ਕਿੱਦਾਂ ਦਾ ਗੁੱਡੇ ਦਾ ਉਹਦਾ ਪੇਚਾ ਲਾਉਣਾ ਹੀ ਤੇ ਯਾਰ ਗੁੱਡਾ ਦੇ ਬਰਾਬਰ ਦਾ ਲਿਆਓ ਮੈਨੂੰ ਫਿਰ ਮੰਨੀ ਆ ਜੀ ਹੋਈ ਭਾਰੀ ਉੱਡ ਜੂ ਜ਼ਿਆਦਾ ਖਿੱਚ ਕੇ ਨਾ ਮਾਰੀ ਲਾਉਣਾ ਹੁੰਦਾ ਮੈਂ ਦੂਜੀ ਡਾਵਾਂ ਚਲੋ ਜੀ ਮਿੱਤਰੋ ਰੱਬ ਦਾ ਕਹਿੰਦਾ ਨਾਮ ਬਾਬੇ ਦਾ ਤੇ ਆਪਣੇ ਕੋਲ ਵਾਪਸ ਆਈ ਜਾਂਦੀ ਯਾਰ ਨਹੀਂ ਇਹ ਮੈਨੂੰ ਆਸ ਥੋੜੀ ਉੱਡੇਗੀ ਹਵਾ ਥੋੜੀ ਘੱਟ ਝੰਡੇ ਰੋਕ ਗਏ ਨਾ ਮੈਨੂੰ ਆਸ ਇਹ ਪਤੰਗ ਉੱਡ ਗਈ ਯਾਰ ਜੇ ਉੱਡ ਵੀ ਗਈ ਨਾ ਤਾਜ ਸਿੱਧੀ ਗੱਲ ਜੀ ਆਣ ਕੇ ਪਤੰਗ ਡਾਲ ਮੇਰਾ ਜੀ ਕਿੱਡੀ ਦਾ ਤਗੜੀ ਗੁੱਡੇ ਨੀ ਮਾਮਾ ਕਿੱਡੇ ਲਾ ਕਿੱਧਰ ਗਈ ਜੀ ਗਿਆ ਇਹਦੇ ਇੱਕ ਡੋਰ ਘੱਟ ਆ ਲੈ ਕੇ ਦਾਉਣੀ ਹੁਣ ਕੀ ਜਾਓ ਭਾਈ ਜਾਓ ਟਾਈਮ ਨਾ ਡੰਡੀ ਉਹ ਜੀ ਮਿੱਤਰੋ ਬੜੇ ਚਾਵਾਂ ਆਏ ਹਾਂ ਪਤੰਗਾਂ ਡਾਵਾਂਗੇ ਲੋਹੜੀ ਦੇ ਬਚ ਗਈਆਂ ਇਹ ਨਹੀਂ ਪਤਾ ਇੱਕ ਟੁੱਟਿਆ ਨਹੀਂ ਇੱਕ ਟੁੱਟ ਕੇ ਡਿੱਗ ਜਾਣੀ ਅਤੇ ਹੁਣ ਇੱਕ ਮੁੰਡੇ ਨੂੰ ਹੈਂ ਗੁੱਡਾ ਇੱਥੇ ਉੱਤੇ ਡਿੱਗਾ ਆਇਆ ਨਹੀਂ ਉਹ ਦੇਖ ਗਲੀ ਦਾ ਕਿੱਥੇ ਆ ਇਹ ਤਾਂ ਕੁਝ ਮੁੰਡੇ ਨੂੰ ਘੱਲਿਆ ਛੋੜ ਜੇ ਇਹਨੂੰ ਆਪਾਂ ਕਹਿ ਸਾਡੀ ਜਾ ਕੇ ਪਤੰਗ ਬੰਨ ਦੇਖ ਦੇਣ ਬੰਦਾ ਕਿ ਨਹੀਂ ਆਪਾਂ ਜੇ ਬੰਦ ਕਰਨਾ ਗੁੱਡਾ ਦੇਵਾਂਗੇ ਨਿੱਕਾ ਜਿਹਾ ਆਪਾਂ ਨਿੱਕਾ ਨਹੀਂ ਆ ਡੇਢ ਤਵਾ ਵਾ ਗਿਆ ਨਵਾਂ ਗੁੱਡਾ ਜਾਂ ਡੇਢ ਤਵਾ ਜਿਹੜਾ ਆਪਾਂ ਦੇਣਾ ਵਾ ਇਹਨੂੰ ਪਰ ਸਾਡੀ ਪਤੰਗ ਦੇ ਦੇ ਯਾਰ ਪਹਿਲਾਂ ਆ ਲੈ ਆਹ ਬੰਦੇ ਨਾਲ ਗੁੱਡਾ ਦੇ ਦਾਂਗੇ ਤੈਨੂੰ ਆ ਵੇ ਆਲਾ ਆਹ ਪੱਕੀ ਗੱਲ ਪਹਿਲਾਂ ਸੁੱਟ ਦਿੰਦੇ ਹਾਂ ਗੱਲ ਕਰ ਕਾਗਜ਼ ਤੀਲਾ ਵਾਂਸੀ ਲੱਗਾ ਬੜਾ ਜ਼ਿਆਦਾ ਮੋਟਾ ਆ ਚੱਕਰ ਸਾਈਡ ਤੋਂ ਤੇ ਸਿੰਗਲ ਡੋਰ ਨਾਲ ਨਹੀਂ ਉੜਨੀ ਸੋ ਇਹਦੇ ਲਈ ਸਾਨੂੰ ਕਸ਼ਟ ਕਰਨੇ ਪੈਣੇ ਹੁਣ ਭਾਊ ਤੈਨੂੰ ਇਕੱਠੇ ਸਾਈਡ ਦਾ ਕਿਹੜਾ ਉੱਤੇ ਰਾਤੇ ਹੀ ਕਿਹੜਾ ਡਾਈ ਹੋਣਾ ਦਿਨ ਮਾੜੇ ਕਿਉਂ ਯਾਰ ਕੁਛ ਕਰਦੇ ਹਾਂ ਪਰ ਗੁੱਡੀ ਵੀ ਨਹੀਂ ਆਈ ਯਾਰ ਵੈਸੇ ਅੱਗੇ ਕਿਹੜਾ ਡਾਕ ਕੀ ਕਰਾਂ ਗੁੱਡੀ ਤਾਂ ਹੈਗੀ ਨਾ ਅੱਗੇ ਯਾਰ ਯਾਰ ਗੁੰਡ ਚੱਕਰ ਸਾਹਮਣੇ ਬਦਲ ਕਿਨੇ ਸੋਹਣੇ ਲੱਗ ਰਹੇ ਕੁਛ ਨਹੀਂ ਬਚਿਆ ਯਾਰ ਹੁਣ ਤਾਂ ਸਨਸੈਟ ਹੋਣ ਵਾਲਾ ਵਾ ਨਾ ਚੱਲੀਏ ਬਾਹਰੋਂ ਖਾਣ ਪੀਣਾ ਭੁੱਖ ਲੱਗੀ ਯਾਰ ਨਾਲੇ ਬੁਲਟ ਨੂੰ ਯਾਰ ਬੜੇ ਜਣਾ ਸਟਾਰਟ ਨਹੀਂ ਕੀਤਾ ਸਟਾਰਟ ਕਰੀਏ ਚਾਹ ਫਿਰ ਇਕੱਠੇ ਕਰੀ ਯਾਰ ਆਹ ਵੀ ਫੜ ਲਾ ਥੱਲੇ ਫਿਰ ਰੱਖੀ ਯਾਰ ਇਹਨਾਂ ਨੂੰ
ਆ ਚੱਕ ਰਿਹਾ ਸਾਡੇ ਗੱਟੂ ਜਿਹੜੇ ਮੁੱਕੇ ਜੇ ਵੈ ਤਾਂ ਮਤਲਬ ਯੂਜ਼ ਕਰਨੇ ਚਾਹੀਦੇ ਬਟ ਯਾਰ ਲੋਹੜੀ ਤੁਹਾਨੂੰ ਵੇਖੋਗੀ ਯਾਰ ਚੜਖਣੀਆਂ ਨਾ ਚੜਖੇ ਡੋਰ ਬੜੀ ਮੋਟੀ ਹੁੰਦੀ ਹੈ ਡੋਰ ਅਤੇ ਹਵਾ ਚੱਲੀ ਨਹੀਂ ਅਤੇ ਫਿਰ ਉਹ ਡੋਰ ਲਮਕਣੀ ਸੋ ਯਾਰ ਹਰ ਕੋਈ ਬੰਦਾ ਯੂਜ਼ ਕਰਦਾ ਤਾਂ ਐਵੇਂ ਕਹਾਂ ਜੇ ਕੋਈ ਨਹੀਂ ਦਿਖਾਉਂਦਾ ਨਾ ਆਪਣੇ ਵਲੋਗਾਂ ਵਿੱਚ ਕਿ ਨਹੀਂ ਦਿਖਾਉਣਾ ਉਹ ਵੀ ਯੂਜ਼ ਕਰਦਾ ਜੇ ਅੰਮ੍ਰਿਤਸਰ ਪੰਜਾਬ ਵਿੱਚ ਹਰ ਕੋਈ ਜਾਣਾ ਇਹ ਯੂਜ਼ ਕਰ ਇਹ ਡੋਰ ਯੂਜ਼ ਕਰਨ ਤੋਂ ਬਿਨਾਂ ਗੁੱਡੀ ਨਹੀਂ ਉੱਡਦੀ ਬਟ ਯਾਰ ਮੇਰੀ ਨਾ ਇੱਕ ਰਿਕੁਐਸਟ ਆ ਯਾਰ ਮਤਲਬ ਕਿ ਜਿੱਦਾਂ ਹੁਣ ਪਿੱਛੇ ਜੇ ਆਪਾਂ ਚੱਲਿਆ ਸੀ ਕਿ ਕਹਿੰਦੇ ਵੀ ਜਿਹੜਾ ਗੱਟੂ ਗੁੱਡੀ ਡਾਊਗ ਉਹਨਾਂ ਨੂੰ ਫੜਾਂਗੇ ਯਾਰ ਹੁਣ ਤਾਂ ਦੇਖਣ ਦੇ ਵਿੱਚ ਕਿੰਨੇ ਘਰ ਆ ਜਿੱਥੇ ਮਤਲਬ ਫੋਰ ਐਗਜ਼ਾਮਪਲ 50 ਘਰ ਆ ਨਾ 50 ਘਰ ਵਿੱਚੋਂ 45 ਘਰਾਂ ਵਿੱਚ ਗੱਟੂ ਹੋਏਗਾ ਹੋਏਗਾ ਚਾਹੇ ਕਿਸੇ ਤੋਂ 5 ਆ ਚਾਹੇ ਕਿਸੇ ਤੋਂ 1 ਆ ਆਪਣੀ ਸਰਕਾਰ ਨੂੰ ਤਾਂ ਕੀ ਕਰਨਾ ਚਾਹੀਦਾ ਜਿੱਥੋਂ ਗੱਟੂ ਬਣਦੇ ਨਾ ਪਲਾਸਟਿਕ ਮਾਂਜਾ ਬਣਦਾ ਵਾ ਉਹ ਫੈਕਟਰੀਆਂ ਬੰਦ ਕਰਾਓ ਹੈਂ ਚੱਲ ਆ ਫਿਰ ਆ ਜਾ ਤੁਹਾਨੂੰ ਇਹ ਚਾਹੀਦਾ ਵਾ ਕਿ ਜਿੱਥੋਂ ਆਪਣੀ ਮਾਂਜਾ ਬਣਦੇ ਨਾ ਪਲਾਸਟਿਕ ਮਾਂਜਾ ਉੱਥੋਂ ਬੰਦ ਕਰਾਓ ਮੋਨੋਫਿਲ ਗੱਟੂ ਤਾਂ ਫਿਰ ਯਾਰ ਘਰਾਂ ਘਰਾਂ 'ਚ ਆਉਣੇ ਬੰਦ ਹੋਣਗੇ ਇੱਦਾਂ ਸਪਲਾਈ ਤਾਂ ਚੱਲਦੀ ਰਹਿਣੀ ਦੀ ਬਾਕੀ ਮੇਰਾ ਕਹਿਣਾ ਯਾਰ ਬਾਕੀ ਸਭ ਜੀ ਆਪਣੀ ਸੋਚ ਹੁੰਦੀ ਆ ਸਭ ਆਪਾਂ ਬਹੁਤਾ ਨਹੀਂ ਕਹਾਂਗੇ ਤੁਸੀਂ ਫੰਕਸ਼ਨ ਕਰੋ ਆਪਣੇ ਵੱਲੋਂ ਕੰਟੇਨਲੀ ਹੁੰਦੇ ਆ ਲਿਆ ਆ ਗਈ ਆ ਚੱਲ ਡਾ ਛੇਤੀ ਫਿਰ ਇੱਥੋਂ ਚੱਲ ਓਏ ਆਪੇ ਚਲਾਈ ਓਏ ਤਾਂ ਕਰ ਥੋੜ੍ਹੀ ਜੀ ਤਾਂ ਰੱਖ ਇੱਕ ਪਿੱਚ ਲੱਗ ਜਾਂਦੇ ਨਾ ਬਣੋ ਕੁਛ ਅੱਗੇ ਭਰਾਵਾ ਇੱਥੋਂ ਕੱਢ ਕੇ ਲੱਗ ਗਿਆ ਗੁੱਡੀ ਤਾਂ ਹੁਣ ਚੱਲ ਚੱਲ ਉੱਤਰ ਲਮਕਾ ਦੇ ਬਾਅਦ ਓਏ ਲਾਈਏ ਪੇਚਾ ਹੈ ਚੱਲ ਚੱਲ ਬਤਾ ਕੇ ਨਾ ਥੋੜ੍ਹੀ ਜੀ ਮਾਮਾ ਨੂੰ ਕੱਲ੍ਹ ਲਾਉਣਾ ਹੈ ਕਿ ਅਸੀਂ ਚੱਲੀ ਜਾਂਦੇ ਘਰਾਂ ਨੂੰ ਕੱਪੜਿਆਂ ਦਾ ਕੀ ਹਾਲ ਬਣ ਗਿਆ ਜੀ ਉਹ ਉਹਨੇ ਨਹੀਂ ਲਾਉਣਾ ਓਏ ਪਰਾਈ ਪਰਾਈ ਧਿਆਨ ਨਾਲ ਉੱਧਰ ਹੀ ਨਾ ਭੱਜੇ ਉਹ ਤੇਰੀ ਨੂੰ ਇਹਨੇ ਤਾਂ ਮੋਰੀ ਕਰ ਦੇਣੀ ਸੀਗੇ ਗੁੱਡੇ 'ਚ ਇਹ ਤਾਂ ਬਸ ਲਾ ਕੇ ਰੱਖਣ ਵਾਲੀ ਲੱਗ ਗਈ ਹੁਣ ਵੇਖੀਆਂ ਵੀ ਆਉਣ ਲੱਗੀ ਆ ਡਨ ਤਾਂ ਇਕੱਠਾ ਕਰੀਏ ਸਾਰਾ ਅਤੇ ਫਿਰ ਚੱਲੀਏ ਫੋਨ ਚਾਰ ਲਵਾਂ ਮਾੜਾ ਜਿਹਾ ਕੱਢ ਇਹਨੂੰ ਵੀ ਇਹਨੇ ਮੈਂ ਤਾਂ ਘੱਟੋ ਘੱਟ ਨਹੀਂ ਤੇ ਹਫ਼ਤਾ ਡੇਢ ਹਫ਼ਤਾ ਲੋੜੀ ਪਹਿਲਾਂ ਕੱਢਿਆ ਹੀ ਨਹੀਂ ਆ ਤੇਲ ਕੱਢਿਆ ਬਸ ਇਹਨੂੰ ਨਹੀਂ ਕੱਢਿਆ ਤੇਰਾ ਭਾਊ ਉਹਨੂੰ ਗਰਮ ਕਰਨਾ ਲਿਆ ਵੇਖਣਾ ਤੇਰੀ ਕਿੱਕ ਮਾਰਦਾ ਰੋਜਾ ਚੱਲ ਮਾਰ ਉਹ ਤਾਂ ਬੈਗ ਮਾਰ ਦਿੰਦਾ ਹੁੰਦਾ ਵਾ ਠੰਡ ਵਿੱਚ ਚੱਲ ਨਹੀਂ ਮਾਰਨੀ ਬੈਗ ਉਹਨੂੰ ਬੈਗ ਨਹੀਂ ਮਾਰਦਾ ਹੋਰ ਇਹ ਨਹੀਂ ਹੁਣ ਆਵਾਜ਼ ਕਰ ਲੱਗ ਪਈ ਯਾਰ ਅੱਗੇ ਨਹੀਂ ਕਰਦਾ ਓਏ ਅੰਦਰ ਰੇਸ ਨਹੀਂ ਦੇਣੀ ਤੇ ਰੇਸ ਮਤਲਬ ਇੱਕਦਮ ਨਹੀਂ ਦੇਣੀ ਮਾੜੀ ਮਾੜੀ ਮੱਠੀ 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 ਗਰਮ ਕਰਨ ਉਹਨੂੰ ਹੌਲੀ ਮਾਰਨ ਦੇ ਚੜ ਚੱਲ ਜਾਂਦੇ ਹੀ ਨਹੀਂ ਤੇ ਦੂਜੇ ਨਹੀਂ ਸਾਣੇ ਹੁੰਦੇ ਜੀ ਚੱਲ ਯਾਰ ਹਿਸਾਬ ਲੈ ਚੀਜ਼ ਲੱਗੀ ਰਵੇ ਨਾ ਕਦੇ ਖਰਾਬ ਹੋ ਜਾਂਦੀ ਹੈ ਜੰਗਾਲ ਲੱਗਣ ਡਿਆ ਯਾਰ ਕਿੱਕ ਨੂੰ ਵੇਖਣ ਡਿਆ ਮੈਂ ਇਹਦੀ ਸਰਵਿਸ ਕਰਾਉਂਦੇ ਹਾਂ ਮਾਮਾ ਫੋਨ ਤੇ ਐਂ ਕੀਤਾ ਜਣੇ ਸਾਹਮਣੇ ਤੇ ਆ ਕੇ ਰੱਖਿਆ ਹੁੰਦਾ ਮੈਂ ਦੱਸਿਆ ਜੇ ਭਾਵੇਂ ਇਦਾਂ ਆਪਣੇ ਸੋ ਕੇ ਵੀ ਹੋ ਗਏ ਨਾ ਆਪਾਂ ਤਾਂ ਵੀ ਇਹਨਾਂ ਤੇ ਰਹਿਣਾ ਜੇ ਯਾਰ ਜਿੱਦਣ ਲੱਗ ਰਹੇ ਨਾ ਮੈਂ ਤੈਨੂੰ ਕਰੂੰਗਾ ਪਦੇਰੀਆ ਵਰ ਬਿੱਲ ਤੋਂ ਸਾਲਿਓ ਮੈਂ ਕਿਤੇ ਕਹਿਣ ਲੱਗਾ ਕੋਈ ਮੂਨ ਰੂਪ ਟੂ ਟੂ ਪਰ ਸਿੱਧਾ ਹੀ ਪਦੇਰੀਆ ਇੰਨੀ ਤਕੜੀ ਸ਼ਹਿ ਇਹ ਮੈਨੂੰ ਇੱਥੇ ਇੱਕ ਭਾਈ ਮਿਲੇ ਸੀ ਕਹਿੰਦੇ ਵੀ ਆਪਣਾ ਐਡ ਕਰ ਦਿਓ ਆਪਾਂ ਸਵੇਰੇ ਕਰਾਂਗੇ ਯਾਰ ਜੇ ਮਿੱਤਰੋ ਕਿਸੇ ਨੇ ਯੂਜ਼ ਪੀਣਾ ਨਾ ਸਸਤਾ ਸਸਤੇ ਤੋਂ ਸਸਤਾ 10 ਰੁਪਏ ਗਲਾਸ ਕਿੰਨੂਆਂ ਦਾ ਤੇ ਯਾਰ
ਆ ਰੇੜੀ ਹੈਗੀ ਜੇ ਮਤਲਬ ਭਾਈ ਜਿੱਦਾਂ ਸਟੋਲ ਆ ਕਾਫੀ ਸਾਰਾ ਨਹੀਂ ਜਿੰਨਾ ਵੀ ਸਟੋਲ ਆ ਆਪਣਾ ਉਦੋਂ ਜੀ ਐਨ ਡੀ ਯੂਨੀਵਰਸਿਟੀ ਇੱਧਰੋਂ ਛਿਆੜੇ ਰੋਡ ਜਾਂਦੀ ਉਹਦੇ ਸਾਹਮਣੇ ਦੁਕਾਨ ਜੀ ਆ ਭਾਈ ਜੀ ਮੇਰੇ ਭਾਈ ਨੇ ਕਿਹਾ ਕਹਿੰਦੇ ਕਰਦੇ ਆ ਚੜ੍ਹੇ ਹੈਗੇ ਨਾ ਕਹਿੰਦੇ ਵੀ ਇਹ ਬੰਦੇ ਨੂੰ ਪਾਲਦਾ ਤੁਸੀਂ ਕਰਦਾ ਕਰੋ ਬਸ ਠੀਕ ਆ ਕਹਿੰਦੇ ਬੂਕ ਲੱਗ ਗਈ ਆ ਬੂਕ ਗਲੋ ਤੇਰਾ ਕੇਕ ਚੈੱਕ ਕਰ ਯਾਰ ਕਹਿੰਦੇ ਘੈਂਟ ਜਿਹੇ ਨਿੱਕੇ ਨਿੱਕੇ ਜੇ ਤੇਰਾ ਕੱਪ ਵਾਲੀ ਬੜਾ ਯੂਨੀਕ ਜਾਣਾ ਇੱਧਰ ਟਿਕਟ ਸਲਾਈ ਸਾੜੀ ਸਲਾਈ ਹੋ ਗਈ ਵੀ ਉਹ 60 ਰੁਪਏ ਦੀ ਆਈਸਕ੍ਰੀਮ ਵੀ ਹੈਗੀ ਭਾਊ ਠੰਡ ਖਾਣ ਦਾ ਮਜ਼ਾ ਵੱਖਰਾ ਹੀ ਪਿੰਪਲ ਪੁੰਪਲ ਹੀ ਹੋਣੇ ਆਪਣੇ ਜੂਸ ਪੀਆ ਕਹਿੰਦਾ ਰੋਜ਼ ਸੰਤਰਿਆਂ ਦਾ ਚਮਚਾ ਇੱਕ ਆ ਦੇ ਡੰਡਾ ਜਾ ਗੁਰਾ ਵਿਖਾਈ ਇੱਧਰ ਮਿੱਠੇ ਦਾ ਸ਼ੌਕੀਨ